ਭਾਈਆਂ ਮੈਨੂੰ ਆਖਿਆ ਦਾ ਸਫ਼ਰ ਪੜਿਆ ਜੇ ਨਾ ਮੰਡੀ ਬਾਵਲਦੀਨ ਪੀਰ ਤਕੀਰ ਹੋਰਾਂ ਕੋਲ ਜਿੱਥੇ ਤੁਹਾਡੇ ਇਸ ਵਤਨ ਦੇ ਇੱਕ ਭਾਈ ਮੇਰੇ ਭਾਈ ਅਮਰ ਇੱਕ ਜੁਮਲਾ ਦਿੱਤਾ ਅਤੇ ਮਜਲਿਸ ਮੁਕੰਮਲ ਹੋ ਗਈ, ਅੱਲਾ ਜ਼ਿੰਦਗੀ ਦਰਾਜ਼ ਕਰੇ। ਉਹ ਭਾਈ ਆਖਿਆ ਉਹ ਕਸੀਦਾ ਪੜ੍ਹਨਾ, ਮੈਂ ਕਿਹਾ ਕਸੀਦਾ ਪੜ੍ਹ ਤਾਂ ਮੈਂ ਦਿੰਦਾ, ਕਸੀਦਾ ਬੰਦਿਆਂ ਨੂੰ ਬਰਦਾਸ਼ਤ ਨਹੀਂ ਹੁੰਦਾ, ਉਸ ਅੱਗੇ ਆਪਣਾ ਵਤਨ ਇੱਥੇ ਬਰਦਾਸ਼ਤ ਹੋਏਗਾ। ਮਾਂ ਚੰਗੀ ਹੋਵੇ ਤਾਂ ਅਲੀ ਦਾ ਦੱਸਦੀ ਏ, ਅਫਾਕ ਨਹੀਂ ਤੁਹਾਨੂੰ ਮਾਲਕ ਸਲਾਮਤ ਰੱਖੇ, ਸਾਲਾ ਆਜ਼ਾਦਾਰੀਆਂ ਲਵਸਦੇ ਰਹੋ ਤਾਂ ਕਿ ਦੁਨੀਆ ਤੱਕ ਬਾਤ ਪਹੁੰਚੇ। ਮਾਂ ਚੰਗੀ ਹੋਵੇ ਅਲੀ ਦਾ ਦੱਸਦੀ, ਅੱਲਾ ਪੁੱਤਰ ਅਤਾ ਕੀਤਾ ਮਾਂ ਖੁਸ਼, ਪੁੱਤਰ ਟੁਰਨ ਲੱਗ ਪਿਆ ਮਾਂ ਹੋਰ ਖੁਸ਼, ਪੁੱਤਰ ਬੋਲਣ ਲੱਗ ਪਿਆ ਮਾਂ ਹੋਰ ਖੁਸ਼, ਪੁੱਤਰ ਦਾ ਹੱਥ ਨੱਪ ਕੇ ਦੀ ਬੇਟਾ। ਜੁਮਲਾ ਬੜਾ ਔਖਾ ਜੇ, ਬੇਟਾ ਅਗਰ ਤੂੰ ਮੇਰੀ ਨਾ ਮੰਨੀ ਲੋਕਾਂ ਮੈਨੂੰ ਸ਼ਰੀਫ ਨਹੀਂ ਮੰਨਣਾ। ਕਮਾਲ ਪਿਆ ਚਲਾਉਣਾ ਤੇਰਾ, ਹੋਰ ਵਧਾਵੀ ਮੰਜ਼ਲ ਮੁਕੰਮਲ ਹੋ ਜਾਏ। ਅਗਰ ਤੂੰ ਮੇਰੀ ਨਾ ਮੰਨੀ ਲੋਕਾਂ ਮੈਨੂੰ ਸ਼ਰੀਫ ਨਹੀਂ ਮੰਨਣਾ, ਅਮਰ ਕੀ ਮੰਨਣਾ ਮੇਰਾ ਬੇਟਾ, ਇਹ ਮੇਰੀ ਨਸੀਹਤ ਵੀ ਹੈ, ਇਹ ਮੇਰੀ ਵਸੀਅਤ ਵੀ ਹੈ, ਅਮਾ ਮਨਾਣਾ ਕੀ ਹੈ? ਜਿਹੜੀ ਗੱਲ ਮਾਂ ਪੁੱਤਰ ਨਾਲ ਕੀਤੀ ਸੁਣਾਵਾਂ ਬਈ, ਇੱਕ ਦੂਸਰੇ ਵੱਲ ਵੇਖਿਆ ਜੇ, ਜਿਹਦੇ ਜਿਨ ਦਿਲ ਦਾ ਮਸਲਾ ਜਾਂ ਜਿਹਦਾ ਮੇਦਾ ਖਰਾਬ ਹੈ ਨਾ, ਉਹ ਖੁੱਲ੍ਹਾ ਹੀ ਦਰਵਾਜ਼ਾ। ਕਸੀ ਤਾਂ ਪੇਪੜਦਾ ਬੈਠੀ ਪੁੱਤਰ ਨੂੰ ਬਾਤ ਬਾਬਾ ਹੱਥ ਚ ਹੈਦਰੀ, ਫਿਰ ਬੋਲੋ ਹੈਦਰੀ ਮੇਰੀ ਵਸੀਅਤ ਜੇ ਦੁਸ਼ਮਣ ਹੋਵੇ ਹੈਦਰ ਦਾ ਹੱਥ ਉਸ ਦੇ ਨਾਲ ਮਿਲਾਵੀ ਨਾ ਕਈ ਕੰਮ।